ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਮੈਂ ਬਾਹਰ ਸੀ ਤੇ ਆ ਹੁਣ ਮੈਂ ਹੋਟਲ 'ਚ ਪਹੁੰਚਿਆ ਤੇ ਹੋਟਲ ਦੇ ਵਿੱਚ ਆ ਵੀਡੀਓ ਦੇਖ ਰਿਆਂ ਇੱਕ ਪੱਤਰਕਾਰ ਆ ਮੱਖੂ ਇਹਨੇ ਪਹਿਲੇ ਵੀ ਮੇਰੇ ਖਿਲਾਫ ਬਹੁਤ ਖਬਰਾਂ ਚਲਾਈਆਂ ਚਲੋ ਪੱਤਰਕਾਰ ਹੀ ਸਾਰੇ ਕਰਦੇ ਨੇ ਬੜੇ ਵਧੀਆ ਲੈਵਲ ਦੀ ਕਰਦੇ ਨੇ ਕਿਸੇ ਪੱਤਰਕਾਰ ਨਾਲ ਸਾਡਾ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ ਪੱਤਰਕਾਰਾਂ ਦਾ ਕੰਮ ਹੁੰਦਾ ਖਬਰ ਚਲਾਉਣੀ ਚਲਾਉਣੀ ਵੀ ਚਾਹੀਦੀ ਇਹ ਮੱਖੂ ਪੱਤਰਕਾਰ ਬੜਾ ਢਕਾਉ ਜਿਹਾ ਪੱਤਰਕਾਰ ਹੈ ਅੱਗੇ ਵੀ ਇਹਨੇ ਕਈ ਵਾਰੀ ਐਸੀਆਂ ਖਬਰਾ ਖਬਰਾ ਚਲਾਈਆਂ ਇਹ ਵਨ ਸਾਈਡ ਖਬਰ ਚਲਾਂਦਾ ਮੇਰਾ ਨੰਬਰ WhatsApp ਸਾਰੇ ਪਾਸੇ ਚੱਲ ਰਿਹਾ ਚੱਪੇ ਚੱਪੇ ਤੇ ਮੇਰਾ ਨੰਬਰ ਹੈ ਪਹਿਲੀ ਗੱਲ ਤਾਂ ਹੰਨੀ ਸੇਠੀ ਦੀ ਵਾਈਫ ਨੇ ਜਿਹੜੀ ਵੀਡੀਓ ਵਾਇਰਲ ਕੀਤੀ ਹੈ ਜਾਂ ਵਾਇਰਲ ਹੋਈ ਹੈ ਉਹ ਕਿੱਥੋਂ ਹੋਈ ਐ ਕਿੱਦਾਂ ਨਿਊਜ਼ 'ਚ ਪਹੁੰਚੀ ਉਹਦੀ ਪੜਤਾਲ ਹੋਣੀ ਚਾਹੀਦੀ ਏ ਬਹੁਤ ਜ਼ਰੂਰੀ ਏ ਦੂਜੀ ਗੱਲ ਮੈਨੂੰ ਪੁੱਛਦੇ ਵੀ ਵੀਡੀਓ ਤੇਰੇ ਕੋਲ ਸੀਗੀ ਮੇਰੇ ਕੋਲ 2-3 ਮਹੀਨੇ ਪਹਿਲੇ ਆਈ ਸੀ ਸੰਦੀਪ ਵੀਰੇਵਾਰਾ ਕੋਲ ਵੀ ਆਈ ਸੀ ਸਭ ਕੋਲ ਆਈ ਸੀ ਅਗਲੀ ਦੁਖੀ ਸੀ ਅਗਲੀ ਨੇ ਬਣਾ ਕੇ ਪਾਤੀ ਉਹਨੇ ਮੱਖੂ ਸਾਹਿਬ ਦੀ ਤੁਹਾਨੂੰ ਮੈਂ ਨਾਲ ਹੰਨੀ ਸੇਠੀ ਦੀ ਕਰਤੂਤ ਦੱਸਦਾ ਸੁਣੋ ਜੰਦਾ ਜੀ ਹਰਮਨ ਹਰਮਨ ਬਾਜਵੇ ਦਾ ਫੋਨ ਆਇਆ ਸੀ ਕਿ ਮੈਂ ਡਟ ਕੇ ਤੁਹਾਡੇ ਨਾਲ ਆ ਅੱਗੇ ਗੱਲ ਸੁਣੋ ਇਹਨਾਂ ਨੇ ਕੀ ਕੀਤੀ ਹਰਮਨ ਬਾਜਵੇ ਦਾ ਮੈਨੂੰ ਫੋਨ ਆਇਆ ਸੀ ਵੀਰੇ ਡਟ ਕੇ ਤੁਹਾਡੇ ਨਾਲ ਆ ਜਿਹੜਾ ਬੰਦਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਪਰ ਆ ਜਾਵੇ ਨਾ ਉਹਨਾਂ ਬੰਦਿਆਂ ਤੋਂ ਅੱਜ ਵੀ ਸੀਤ ਰਹਿਣਾ ਚਾਹੀਦਾ ਜਿਹੜਾ ਗੱਲ ਵਿੱਚ ਸੀਤ ਰਹਿਣਾ ਚਾਹੀਦਾ ਗੁਰੂ ਵੀ ਵੀਡੀਓ ਭਈਆਂ ਨੇ ਇਸ ਤੋਂ ਮੇਰੀ ਗੱਲ ਅਗਲੇ ਦੇ ਕਰਦੀਆਂ ਇਹਨਾਂ ਮੇਰੇ ਕੋਲ ਹੁਣ ਵੀ ਵੀਡੀਓ ਭਈਆਂ ਨੇ ਅਗਲੇ ਦਾ ਨਵਾਂ ਵਿਆਹ ਹੋਇਆ ਅੱਛਾ ਅਗਲੇ ਦੀ ਮੰਮੀ ਦੀਆਂ ਭਰਾਵਾਂ ਦੀਆਂ ਸਭਾ ਵਾਈਫ ਦੀਆਂ ਪਰ ਮੈਂ ਗੁਰੂ ਦਾ ਸਿੰਘ ਆ ਮੈਂ ਮਰਜ਼ੂਮਾ ਆਪਣੇ ਫੋਨ ਤੋਂ ਕਦੀ ਵੀਡੀਓ ਨਹੀਂ ਬਣਾਉਂਦਾ ਉਹ ਤੇ ਘਰ ਦੇ ਵਿੱਚ ਲਾ ਸੁਣੋ ਜੀ ਮੇਰੀ ਵਾਈਫ ਜਿੰਦੀ ਉਮਰ ਤਕਰੀਬਨ 19 ਸਾਲ ਆ ਬੋਲਣ ਲੱਗਿਆ ਬਿਲਕੁਲ ਨਹੀਂ ਸੋਚਦਾ ਇਹ ਜਪਾਨੀ ਮੁੱਛਾ ਵਾਲਾ ਕਹਿੰਦਾ ਮੇਰੇ ਕੋ ਵੀਡੀਓ ਪਈਆਂ ਮੱਖੂ ਅੱਗੋ ਅੱਛਾ ਅੱਛਾ ਐ ਮੱਖੂ ਸਾਹਿਬ ਮੇਰੇ ਪਰਿਵਾਰ ਬਾਰੇ ਬੋਲਣ ਤੋਂ ਪਹਿਲਾਂ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਬਾਲਿਆਂ ਨੂੰ ਨੱਥ ਪਾਓ ਮੇਰੇ ਪਰਿਵਾਰ ਬਾਰੇ ਬੋਲਣ ਤੋਂ ਪਹਿਲਾਂ ਮੱਖੂ ਤੇ ਹੰਨੀ ਸੇਠੀ ਇਹ ਗੱਲ ਸੋਚ ਲਿਓ ਸੋਨੂ ਸੀਤੋ ਵਾਲਾ ਘਟ ਤੇ ਤੁਹਾਡੇ ਘਰਾਂ ਦੀਆਂ ਬੁੜੀਆਂ ਵੱਧ ਦਿਖਣਗੀਆਂ ਇੰਟਰਨੈਟ ਤੇ ਮੈਨੂੰ ਪ੍ਰਿੰਕਲ ਲੁਧਿਆਣਾ ਕਹਿੰਦੇ ਆ ਮੇਰੇ ਪਰਿਵਾਰ ਦੇ ਉੱਤੇ ਕੋਈ ਨਕਲੀ ਫੋਟੋ ਬਣਾ ਕੇ ਵਾਰ ਕੀਤਾ ਇਹ ਗੱਲ ਮੇਰੀ ਯਾਦ ਰੱਖਿਓ ਸਾਡੇ ਸੰਨੀ ਲਿਉਣ ਨੂੰ ਵੇਖਣੋਂ ਹਟ ਜਾਣਗੇ ਲੋਕ ਮੈਂ ਜਿੰਨਾ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ ਆ ਨਾ ਮੈਨੂੰ ਕੰਟਰੋਲ 'ਚ ਰਹਿਣ ਤੋਂ ਦੋਨੋਂ ਜਾਣੇ ਤੂੰ ਮੱਖੂ ਪਹਿਲੇ ਵੀ ਬਹੁਤ ਭੌਂਕਿਆ ਤੂੰ ਤੇਰਾ ਮੱਖੂ ਠੱਪਿਆ ਨਹੀਂ ਮੈਂ ਪਿਛਲੀ ਵਾਰ ਲਿਆਇ ਕਰਤਾ ਜੇ ਤੂੰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਇਹਨਾਂ ਨੂੰ ਨੱਥ ਪਾ ਲੋ ਖੱੱਚਾ ਨੂੰ ਕੱਲ ਤੱਕ ਤਾਂ ਸਾਲਾ ਇਹ ਕੱਛੂ ਕੁੰਬਾ ਫੋਨ ਕਰਕੇ ਓਏ ਫਰਨੈਲ ਪੀਲੀ ਹੈਰੀ ਨੇ ਮਰ ਗਏ ਮਰ ਗਏ ਐ ਕਰਦਾ ਸੀ ਮਿੰਤਾ ਕਰਦਾ ਸੀ ਰਾਤ ਤੱਕ ਅੱਜ ਤੁਸੀਂ ਬਣੇ ਨਵੇਂ-ਨਵੇਂ ਐਡੀਟਰ ਪ੍ਰਿੰਕਲ ਨੇ ਇਹ ਕੰਮ 10 ਸਾਲ ਪਹਿਲਾਂ ਕਰਕੇ ਛੱਡ ਤੇ ਆ ਸਮਝ ਆਈ ਗੱਲ ਪੰਗਾ ਲੈਣ ਤੋਂ ਪਹਿਲੇ ਇਹ ਸੋਚ ਲਿਓ ਮੈਂ ਭਾਜੀ ਬਹੁਤ ਤਕੜੀ ਮੋੜਦਾ ਹਾਂ ਨਾ ਵੱਡੇ ਸਾਲੇ ਆਪਦੇ ਘਰ ਦੀਆਂ ਬੁੜੀਆਂ ਤੋਂ ਡੇ ਤੋਂ ਸੰਭੀਆਂ ਨਹੀਂ ਜਾਂਦੀਆਂ ਉਹ ਜਨਤ ਸ਼ਰੇ ਆਮ ਯਾਰ ਤੁਹਾਡੀ ਘਰ ਦੀ ਵੀਡੀਓ ਪਾ ਰਹੀ ਹੈ ਫਲਾਣੇ ਨੇ ਬਰਗਲਾਲੀ ਛਲਕੇ ਨੇ ਬਰਗਲਾਲੀ ਕਿੱਦਾਂ ਵਰਗਲੀ ਇਹ ਦੱਸ ਮੈਨੂੰ ਸਾਡੀਆਂ ਨਹੀਂ ਵਰਗਲੀਆਂ ਅਜੇ ਤੱਕ ਹੈ ਐਂ ਕਰਤਾ ਜਿਉਂ ਕਰਤਾ ਤੰਗ ਕਰਦੇ ਹੋ ਖੇਤਾਂ 'ਚ ਗੱਡੀ ਰੋਕੀ ਗੰਦ ਪਾਇਆ ਧਮਕੀਆਂ ਦੇਣਾ ਨੂੰ ਗੱਲਾ ਕਰਦਾ ਐ ਫੇਸ ਮੇਕਰ ਦੀਆਂ ਧਮਕੀਆਂ ਕਿਸੇ ਹੋਰ ਨੂੰ ਦਈ ਮੈਨੂੰ ਫੇਸ ਮੇਕਰ ਦੀਆਂ ਧਮਕੀਆਂ ਜਿਹੜੇ ਤੂੰ ਨਿਊਜ਼ ਚੈਨਲ ਦੇ ਉੱਤੇ ਵੀ ਡੇਫਰਮੇਸ਼ਨ ਪਾਊਂਗਾ ਜਿਹੜਾ ਮੇਰੇ ਪਰਿਵਾਰ ਬਾਰੇ ਬੋਲਿਆ ਮੈਨੂੰ ਧਮਕੀਆਂ ਨਾ ਦਈ ਵੱਡਾ ਆਇਆ ਤੂੰ ਫੇਸ ਮੇਕਰ ਵਾਲਾ ਸਾਲਾ ਮੇਰਾ ਵਿੱਚੇ ਹੀ ਮੱਖੂ ਦੇ ਵਿੱਚੇ ਹੀ ਤੂੰ ਕੱਦੂ ਵਿੱਚੇ ਹੀ ਉਹ ਕੱਛੂ ਕੁੰਬਾ ਸਾਲਾ ਜਾਪਾਨੀ ਮੁੱਛਾ ਵਾਲਾ ਸਾਰੇ ਉਹ ਸੋਨੂ ਸੀਤੋ ਵਾਲਾ ਘਟਦੀ ਗੂਆ ਸੋਸ਼ਲ ਮੀਡੀਆ ਤੇ ਮੇਰੇ ਪਰਿਵਾਰ ਵੱਲ ਝਾਕਿਆ ਨਾ ਟੋਡੀਆਂ ਬੁੜੀਆਂ ਹੀ ਦਿਖਣਗੀਆਂ ਉੱਥੇ ਸਾਲੇ ਹੋਏ ਤਾਂ ਬਾਂਦਰ ਮੂੰਹ ਵਾਲੇ ਸ਼ਰਮ ਨਹੀਂ ਆਉਂਦੀ ਇਹ ਜਿਹੇ ਪੱਤਰਕਾਰਾਂ ਨੂੰ ਜਿਹੜੇ ਇਹ ਜੀ ਗੰਦੀ ਪੱਤਰਕਾਰੀ ਕਰਦੇ ਆ ਸੱਚ ਨਹੀਂ ਪਤਾ ਝੂਠ ਨਹੀਂ ਪਤਾ ਅੱਛਾ ਅੱਛਾ ਤੁਹਾਡੇ ਦਿਮਾਗਾਂ ਲਾ ਬੰਨਿਆ ਆ ਹਨ ਨਹੀਂ ਭਾਜੀ ਅੱਛਾ ਅੱਛਾ ਸਲੇ ਤੂੰ ਵੀ ਦਾੜੀ ਰੱਖ ਕੇ ਝੂਠ ਹੀ ਬੋਲਦਾ ਮੱਖੂ ਤੂੰ ਵੱਡਾ ਠੱਗ ਹੈ ਇੰਟਰਨੈਸ਼ਨਲ ਠੱਗ ਹੈ ਤੂੰ ਤੂੰ ਕਿਹੜਾ ਚੱਜਦਾ ਹੈਗਾ ਤੁਹਾਡੇ ਨਾਲੋਂ ਸਲੇਓ ਅਸੀਂ ਚੰਗੇ ਹੈਗੇ ਆ ਜਿਹੜੇ ਸੱਚਾਈ ਧਾਰੀ ਆ ਬਹੁਤ ਚੰਗੇ ਆ ਦਿਲ ਦੇ ਸਾਫ਼ ਆ ਤੁਸੀਂ ਐਵੇਂ ਹੀ ਡਿਫਾਲਟ ਰਹਿਗੇ ਕਈ ਵਿੱਚ ਤੁਹਾਡੇ ਕਰਕੇ ਕਈ ਅਮਰਤਾ ਰੀ ਸਿੰਘ ਨਜਾਇਬ ਬਦਨਾਮ ਹੋ ਜਾਂਦੇ ਥੋਡੇ ਵਰਗੇ ਜਿਹੜੇ ਬਹਿਰੂਪੀ ਆ 5 7 ਵਿੱਚ ਵੜੇ ਹੋਏ ਆ ਨਾ ਥੋਡੇ ਵਰਗੇ ਕਤੀੜਾਂ ਕਰਕੇ ਅਗਲੇ ਨਹੀਂ ਨਿੱਕੇ ਪੈਸੇ ਦੀ ਯਾਰ ਤੁਸੀਂ ਲੋਕਾਂ ਦੇ ਪਰਿਵਾਰ ਬਾਰੇ ਬੋਲਦੇ ਹੋ ਖੱਚ ਬੰਦੇ ਮੈਨੂੰ ਮੱਖੋ ਤੋਂ ਪੱਤਰਕਾਰ ਆ ਮੈਨੂੰ ਪੁੱਛਤਾ ਲੈ ਖਬਰ ਲਾਨ ਤੋਂ ਪਹਿਲਾਂ ਅੱਛਾ ਜੀ ਅੱਛਾ ਹਿੰਦੀ ਵਾਈਫ ਦੀ ਅੱਛਾ ਬੰਦੇ ਦਾ ਪੁੱਤ ਬਣ ਜੋ ਇਹ ਫੇਸ ਮੇਕਰ ਕਿਸੇ ਹੋਰ ਨਾਲ ਖੇਡਿਓ ਇਹ ਪ੍ਰਿੰਕਲ ਨੇ ਫੋਟੋਆਂ ਜਾਂ ਵੀਡੀਓ ਬਣਾਣੀਆਂ ਸ਼ੁਰੂ ਕੀਤੀਆਂ ਨਾ ਫੇਕ ਚੀਕਾਂ ਪਵਾ ਦਾਂਗਾ ਚੀਕਾਂ ਝਾਂਜਰਾ ਪਵਾ ਦਾਂਗਾ ਤੁਹਾਨੂੰ ਮੈਂ ਸਾਰੇ ਗੰਦ ਲੋਗ ਹੁਣ ਕੋਈ ਹੱਲ ਨਹੀਂ ਲੱਭਦਾ ਪਿਆ ਹੁਣ ਨਕਲੀ ਫੋਟੋਆਂ ਬਣਾਣੀਆਂ ਸ਼ੁਰੂ ਕਰ ਦੋ ਸਾਲੇ ਹੋਏ ਤਾਂ ਇੱਕ ਦੇ ਵੱਲੇ 20 ਪਾਉਂਗਾ ਤੁਹਾਡੀਆਂ ਬੁੜੀਆਂ ਦੀਆਂ ਇਹ ਗੱਲ ਯਾਦ ਰੱਖੀ ਹੱਲੇ ਤੱਕ ਮੈਂ ਟਿਕ ਕੇ ਬੈਠਾ ਆਂ ਮੈਂ ਤਾਂ ਚਿੱਲ ਕਰਦਾ ਕੋ ਮਨ ਆ ਗਿਆ ਸੀ ਕਿੱਥੇ ਤੇਰੀ ਜਿਹੜੀ ਆ ਵੀਡੀਓ ਚ ਤੂੰ ਬਕਵਾਸ ਕੀਤੀ ਤੈਨੂੰ ਜਵਾਬ ਦੇਣਾ ਬਹੁਤ ਜ਼ਰੂਰੀ ਸੀ ਸਾਲੇ ਗੰਦੇ ਆਂਡੇ ਕਿੱਥੋਂ ਆ ਗਏ ਮੂੰਹ ਨਹੀਂ ਮੱਥਾ ਨਹੀਂ ਸਲਿਆਂ ਦਾ ਐ ਜੀ ਐ ਕਰਤਾ ਜੀ ਗਨ ਅੱਛਾ ਇਛਾ ਪਾਨ ਨੂੰ ਕਹਿੰਦੇ ਉਹ ਮੱਖੂ ਸਾਲਾ ਅੱਛਾ ਤੈਨੂੰ ਇਛਾ ਪਾਨ ਨੂੰ ਕਹਿੰਦੇ ਛੀ ਅੱਛਾ ਸਾਲਿਆ ਤੇਰੇ ਪਿਓ ਨੇ ਕੱਲ ਬਾਬਾ ਦੀਪ ਸਿੰਘ ਅਰਦਾਸ ਕਰਾਈ ਜਾ ਕੇ ਗੁਰੂ ਘਰ ਦੇ ਵਿੱਚ ਵੀ ਪ੍ਰਮਾਤਮਾ ਹੋਂ ਦਾ ਕੱਖ ਨਾ ਰਵੇ ਜਿਹੜਾ ਇਛਾ ਪਾਨ ਨੂੰ ਕਹਿੰਦਾ ਸੀ ਅੱਜ ਹੀ ਤੇਰੇ ਰਿਸ਼ਤੇਦਾਰ ਦੀ ਵੀਡੀਓ ਵਾਇਰਲ ਹੋ ਗਈ ਕੱਖ ਨਾ ਰਹਿਣਾ ਸ਼ੁਰੂ ਹੋ ਗਿਆ ਤੂੰ ਚੱਲ ਮੱਖੂ ਇਹਨੂੰ ਪਿਉਣ ਨੂੰ ਲੈ ਕੇ ਹੰਨੀ ਸੇਠੀ ਨੂੰ ਗੁਰਦੁਆਰੇ ਜਾ ਸੌਂ ਚਕਾ ਮੈਂ ਇੱਛਾ ਪਾਣ ਨੂੰ ਕਿਹਾ ਕਦੀ ਲੁਧਿਆਣੇ ਦਾ ਬੱਚਾ ਬੱਚਾ ਗਵਾਏ ਇੱਕ ਇੱਕ ਵੀਰ ਅ ਸੰਦੀਪ ਲੁਧਿਆਣੇ ਗਰੁੱਪ ਦਾ 250 ਮੁੰਡਾ ਗਵਾਏ ਪ੍ਰਿੰਕਲ ਇਹ ਜੀ ਹਰਕਤ ਕਦੀ ਕਰ ਹੀ ਨਹੀਂ ਸਕਦਾ ਮਨ ਘੜ ਤਕਾਣੀਆਂ ਏ ਜੀ ਮੇਰੀ ਵਾਈਫ ਮੇਰੇ ਨਾਲ ਉੱਛ ਕੇ ਚਲੀ ਗਈ ਮੇਰੀ ਵਾਈਫ ਦੇ ਉਧਰ ਪੇਕੇ ਚਲਾ ਗਿਆ ਉੱਥੇ ਜਾ ਕੇ ਕਹਿੰਦਾ ਤੂੰ ਐਂ ਕਰ ਲੈ ਕੋਈ ਗੱਲ ਬਣੀ ਸਿੱਧਾ ਗਿਆ ਤੂੰ ਆ ਤੇਰੇ ਬਣਾਣੇ ਤੇਰੀ ਜਨਾਨੀ ਛੇੜੀ ਤੂੰ ਜਨਾਨੀ ਕੁੱਟੀ ਉਹਨੇ ਅੱਗੋਂ ਫੋਨ ਕੀਤਾ ਵੀ ਮੇਰੀ ਮਦਦ ਕਰੋ ਅਗਲੇ ਕਹਿੰਦੇ ਵੀ ਅਸੀਂ ਤੇਰੀ ਮਦਦ ਨਹੀਂ ਕਰ ਸਕਦੇ ਤੇਰਾ ਕੱਲ ਨੂੰ ਤੁਸੀਂ ਇਕੱਠੇ ਹੋ ਜੋ ਅਸੀਂ ਫੜ ਜਾਾਂਗੇ ਅਗਲੀ ਨੇ ਵੀਡੀਓ ਬਣਾ ਕੇ ਪਾਤੀ ਸਾਰੇ ਪਾਸੇ ਵੀ ਆ ਦੇਖੋ ਜੀ ਮੈਂ ਤਾਂ ਪਰੇਸ਼ਾਨ ਬੜੀ ਆ ਅੱਗ ਲੱਗੀ ਐ ਤਾਂ ਧੂਆਂ ਉੱਠਿਆ ਹੁਣ ਤੁਸੀਂ ਸਾਲਿਓ ਲੋਕਾਂ ਦੇ ਪਰਿਵਾਰ ਦੇ ਉੱਤੇ ਅੱਗੋਂ ਮੈਂ ਅੰਮ੍ਰਿਤ ਧਰੀ ਛਿੰਗਾ ਮੈਂ ਮੇਰੇ ਕੋ ਫੋਟੋ ਪਈ ਐ ਮੈਂ ਪਾਵਾਂਗਾ ਨਹੀਂ ਕਦੀ ਪਤਾ ਭਈ ਮੈਂ ਪ੍ਰਿੰਕਲ ਦੇ ਫੈਮਿਲੀ ਦੀ ਕੋਈ ਫੋਟੋ ਫੇਸ ਮੇਕਰ ਤੇ ਬਣਾ ਕੇ ਪਾਈ ਤਾਂ ਇੱਕ ਦੇ ਬਦਲੇ ਪ੍ਰਿੰਕਲ ਨੇ 20 ਪਾਣੀਆ ਪੱਕੁੱਤਿਆਂ ਨੂੰ ਭੌਂਕੀ ਜਾਇਓ ਹੋਰ ਕੁਛ ਕਰਨਾ ਤਾਂ ਤੁਸੀਂ ਹੈ ਨਹੀਂ ਐਨਾ ਮੈਨੂੰ ਕਮਜ਼ੋਰ ਨਾ ਸਮਝਿਓ ਮੈਂ ਚਾਰ ਕਿ ਦਿਨ ਨਹੀਂ ਆਇਆ ਘੁੰਮਣ ਮੈਂ ਚਾਰ ਦਿਨਾ ਬਾਅਦ ਉੱਥੇ ਹੀ ਲੁਧਿਆਣੀ ਆਣਾ ਨਾ ਡਰਾਂ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਸਿਆਸੀ ਹਵਾ ਦੇ ਚੱਲਦੇ ਬੁੱਲਿਆਂ ਦੀ ਹੋਵੇਗੀ ਗੱਲ ਲੀਡਰਾਂ ਨੂੰ ਹੋਣਗੇ ਕਿੱਥੇ ਤੇ ਸਿੱਧੇ ਸਵਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰ ਰਹੀ ਹੈ ਸਾਡੀ ਸਰਕਾਰ ਖੇਡ ਸਿੱਖਿਆ ਤੇ ਖੇਤਾਂ ਦੀ ਬਾਤ ਸੁਣਾਵਾਂਗੇ ਹਰ ਖੇਤ ਤੇ ਪਿੰਡ ਪਿੰਡ ਜਾਵਾਂਗੇ ਗੀਤਕਾਰ ਸਹਿਤਕਾਰ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਵੀ ਮਾਰਾਂਗੇ ਚਾਰ ਤੁਹਾਡੇ ਤੱਕ ਪਹੁੰਚਾਵਾਂਗੇ ਸਹੀ ਤੇ ਸੱਚੀ ਖਬਰ ਕੀ ਹਨ ਆਮ ਲੋਕਾਂ ਦੀਆਂ ਮੁਸ਼ਕਲਾਂ ਤੇ ਕੀ ਹਨ ਉਹਨਾਂ ਦੇ ਹੱਲ ਜੀਟੀਵੀ ਨੈਟਵਰਕ ਤੇ ਹੋਵੇਗੀ ਆਮ ਲੋਕਾਂ ਦੀ ਗੱਲ ਜੇ ਤੁਸੀਂ ਕਰ ਰਹੇ ਹੋ ਕੁਝ ਵੱਖਰਾ ਜਾਂ ਕਾਰੋਬਾਰ ਵਿੱਚ ਕਰਨਾ ਚਾਹਦੇ ਹੋ ਵਾਧਾ ਸਾਡੀ ਟੀਮ ਦੇ ਨਾਲ ਹੇਠ ਦਿੱਤੇ ਨੰਬਰਾਂ ਦੇ ਉੱਤੇ ਤੁਰੰਤ ਸੰਪਰਕ ਕਰੋ